ਪਟਿਆਲਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਤਜਿੰਦਰ ਵੱਲੋਂ ਸਤਿ ਸ਼੍ਰੀ ਅਕਾਲ ਅਤੇ ਹੁਣ ਗੱਲ ਕਰਦੇ ਹਾਂ ਸਭ ਤੋਂ ਵੱਡੀ ਖਬਰ ਦੀ। ਸ਼ਾਹਕੋਟ ਵਿੱਚ ਚਰਚਿਤ SHO ਪਰਮਿੰਦਰ ਸਿੰਘ ਬਾਜਵਾ ਦੇ ਬਾਅਦ ਹੁਣ ਸ਼੍ਰੀ ਮੁਕਤਸਰ ਸਾਹਿਬ ਦੇ ਮਲੌਟ ਦੇ ਸਬ ਇੰਸਪੈਕਟਰ ਕ੍ਰਿਸ਼ਨ ਲਾਲ ਨੇ ਵੀ ਸੋਸ਼ਲ ਮੀਡੀਆ ਉੱਤੇ ਆਪਣੀ ਵੀਡੀਓ ਨੂੰ ਵਾਇਰਲ ਕਰਕੇ ਆਪਣੇ ਹੀ ਪੁਲਿਸ ਮਹਿਕਮੇ ਉੱਤੇ ਗੰਭੀਰ ਇਲਜ਼ਾਮ ਲਗਾਏ ਹਨ। ਉਹਨਾਂ ਨੇ ਸੋਸ਼ਲ ਮੀਡੀਆ ਉੱਤੇ ਆਪਣੀ ਵੀਡੀਓ ਵਾਇਰਲ ਕਰਕੇ ਦੱਸਿਆ ਕਿ ਕਿਸ ਤਰ੍ਹਾਂ ਉਹਨਾਂ ਨੂੰ ਉਸਦੀ ਇਮਾਨਦਾਰੀ ਦੇ ਬਦਲੇ ਝੂਠੇ ਮੁਕੱਦਮਿਆਂ ਵਿੱਚ ਫਸਾਇਆ ਗਿਆ ਅਤੇ ਇਸ ਵਾਇਰਲ ਵੀਡੀਓ ਦੀ ਸੱਚਾਈ ਕੀ ਹੈ, ਇਹ ਤਾਂ ਸਮਾਂ ਆਉਣ ਉੱਤੇ ਹੀ ਪਤਾ ਲੱਗੇਗਾ। ਤਿੰਨ ਸੀਕਰੇਟ ਐਕਟ, ਆਫੀਸਲ ਐਕਟ, ਜਿਹੜਾ ਕਿ ਦੇਸ਼ ਧਰੋਹੀ ਐਕਟ, ਦੇਸ਼ ਧਰੋਹੀ ਦੇ ਮੁਕਾਬਲੇ 'ਚ ਸ਼ਖਸ ਕੌਰ ਸਿੰਘ ਭਲੇਰੀਆਂ ਸਜ਼ਾ ਹੋਇਆ, 1980 ਦੇ ਵਿੱਚ ਇਹਨੂੰ ਸਜ਼ਾ ਹੋਈ ਹੈ। ਕੀ ਮੈਂ ਇਹ ਪੁੱਛਣਾ ਚਾਹੁੰਦਾ ਵੀ ਜਿਹੜਾ ਇਹ ਮੋਹਤਵਰ ਸਰਪੰਚ ਖੜਾ ਕੀਤਾ, ਮੇਰੇ ਬਾਰੇ ਲਿਖ ਰਿਹਾ ਵੀ ਕ੍ਰਿਸ਼ਨ ਲਾਲ ਉਹਦੇ ਕੋਲ ਗਿਆ, ਵੀ ਉਹਦੇ ਕੋਲ ਜਾ ਕੇ ਇਹਨੇ ਇਕਬਾਲ ਕੀਤਾ ਕਿ ਮੈਂ ਗਲਤੀ ਕਰ ਬੈਠਾ, ਮੈਨੂੰ ਪੇਸ਼ ਕਰ ਦੇ। ਮੈਂ ਇਹਨੂੰ ਪੁੱਛਣਾ ਚਾਹੁੰਦਾ ਹਾਂ DSP ਮਨਜੀਤਿੰਦਰ ਬਲ ਨੂੰ ਕਿ ਉਹਦਾ ਪਿੰਡ 32 ਕਿਲੋਮੀਟਰ ਹੈ ਮਲੋਟ ਤੋਂ, ਕੀ ਗੱਲ ਮੈਂ ਕਿਸੇ ਕੋਲ ਜਾਣਾ ਚਾਹੁੰਦਾ ਵੀ ਜੇ ਕਿ ਮੈਂ ਕੋਈ ਗਲਤੀ ਹੁੰਦੀ ਤਾਂ ਮੈਂ ਕਿਸੇ ਹੋਰ ਕੋਲ ਨਾ ਜਾ ਸਕਦਾ, ਸ਼ਹਿਰ 'ਚੋਂ ਜ਼ਿਆਦਾ MC ਕੋਲ, ਵੀ ਮੈਥੋਂ ਗਲਤੀ ਹੋ ਗਈ, ਮੈਂ ਉਹਦੇ ਕੋਲ ਜਾਣਾ ਸੀ। ਹੁਣ ਇਹ ਦੇਖ ਲਓ, ਇਹ ਮੁਕੱਦਮਾ ਇਹਦੇ ਦਰਜਾ 'ਤੇ ਇਹਨੇ ਸਜ਼ਾ ਜਾਪਤਾ। ਮੈਂ ਸੀਨੀਅਰ ਅਫਸਰਾਂ ਤੋਂ ਪੁੱਛਣਾ ਚਾਹੁੰਦਾ ਵੀ ਇਹੋ ਜਿਹੇ ਜਿਹੜੇ ਪੁਲਿਸ ਅਫਸਰ ਇਨਕੁਆਇਰੀਆਂ ਕਰਦੇ DSP ਮਨਜੀਤਿੰਦਰ ਬਲ ਵਰਗੇ, ਉਹਨਾਂ ਨੂੰ ਇਹ ਅਕਸ਼ ਬਾਰੇ ਨਹੀਂ ਪਤਾ ਸੀ ਵੀ ਇਹ ਬੰਦਾ ਤਾਂ ਪਹਿਲਾਂ ਡਿਫਾਲਟਰ ਹੈ, ਸਜ਼ਾ ਹੋਇਆ ਦੇਸ਼ ਧਰੋਹੀ ਦੇ ਕੇਸ 'ਚ, ਮੇਰੇ 'ਤੇ ਕਿਵੇਂ ਗਵਾਹ ਖੜਾ ਕੀਤਾ ਇਹਨਾਂ ਨੇ। ਨੰਬਰ 2 ਗਵਾਹ ਆ ਗਿਆ ਜੀ ਗੁਰਮੁਖ ਸਿੰਘ ਸਨ ਅਭਜੀਤ ਸਿੰਘ, ਜਿਹੜਾ ਮੇਨ ਗਵਾਹ ਹੈ, ਇਹ ਪ੍ਰੋਪਰਟੀ ਡੀਲਰ ਦਾ ਕੰਮ ਕਰਦਾ। ਇਸ ਬੰਦੇ ਨਾਲ ਮੇਰੀ 2003 ਦੀ ਦੁਸ਼ਮਣੀ ਹੈ, ਇਸ ਬੰਦੇ ਨੇ ਰੰਜਿਸ਼ ਕਾਰਨ ਗਵਾਹ ਬਣਿਆ। ਇਹ ਬੰਦੇ ਨੇ ਇੱਕ ਐਫੀਡੇਵਿਟ ਦਿੱਤਾ ਸੀ ਕਿ ਮੇਰੇ ਕ੍ਰਿਸ਼ਨ ਲਾਲ ਨੇ ਮੇਰੇ ਘਰੇ ਰੇਡ ਕਰਾਇਆ, ਕਿਉਂਕਿ ਮੈਨੂੰ ਨਹੀਂ ਪਤਾ ਸੀ ਵੀ ਇਹਨਾਂ ਦੇ ਘਰੇ ਕੀ ਸੀ ਉਸ ਟਾਈਮ 'ਤੇ ਪੁਲਿਸ ਨੇ ਰੇਡ ਕੀਤਾ। ਉਸ ਟਾਈਮ ਤੋਂ ਮੇਰੇ ਨਾਲ ਦੁਸ਼ਮਣੀ ਸੀ ਇਸ ਬੰਦੇ ਦੀ, ਉਸ ਤੋਂ ਬਾਅਦ ਲੜਾਈ ਹੋਈ, ਸਸਪੈਂਡ ਹੋਇਆ, ਉਹ ਮੈਂ ਪਹਿਲਾਂ ਦੱਸ ਚੁੱਕਿਆ ਵੀ ਇਹ ਬੰਦਾ ਗਵਾਹ ਖੜਾ ਹੋਣ ਦੇ ਕਾਬਲ ਹੈ, ਮੇਰਾ ਦੁਸ਼ਮਣ ਹੈ ਪੁਰਾਣਾ। DSP ਨੇ ਮੈਨੂੰ ਸਸਪੈਂਡ ਕਰਾਇਆ, DSP ਇਸ ਨੂੰ ਗਵਾਹ ਰੱਖੀ ਜਾਂਦਾ, ਗਵਾਹ ਰੱਖੀ ਜਾਂਦਾ 3 ਮਹੀਨਿਆਂ ਬਾਅਦ, ਕਿ DSP ਮਨਜੀਤਿੰਦਰ ਬਲ ਨੂੰ ਪਤਾ ਨਹੀਂ ਸੀ ਕਿ ਇਹ ਬੰਦਾ ਤਾਂ ਇਹਦੇ ਨਾਲ ਯਾਰ ਝਗੜਾ ਹੋਇਆ, ਵੀ ਇਹ ਬੰਦਾ ਤਾਂ ਇਹਦੇ ਖਿਲਾਫ ਜੋ ਮਰਜ਼ੀ ਘੁਆ ਲਓ, ਪਰ ਨਸ਼ਾ ਸੀ, ਪੈਸੇ ਦਾ ਨਸ਼ਾ ਸੀ। ਆਪ ਜੀ ਦੇਖ ਰਹੇ ਹੋ ਪਟਿਆਲਾ TV, ਪਟਿਆਲਾ TV ਜੋੜੇ ਆਪ ਜੀ ਨੂੰ ਸੋਹਣੇ ਪੰਜਾਬ ਅਤੇ ਦੇਸ਼ ਨਾਲ, ਹਮੇਸ਼ਾ ਦੇਖਦੇ ਰਹੋ ਪਟਿਆਲਾ TV।